ਪੁਲਿਸ ਦੀ ਗ੍ਰਿਫਤ ਵਿੱਚ ਖੜਾ ਇਹ ਉਹ ਸ਼ਖਸ ਹੈ ਜਿਸਨੇ ਆਪਣੀ ਸਾਲੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਾਲੀ ਨੂੰ ਮਾਰਨ ਤੋਂ ਬਾਅਦ ਜੀਜੇ ਨੇ ਕੈਮਰੇ ਸਾਹਮਣੇ ਆਪਣੇ ਜੁਰਮ ਦਾ ਕਬੂਲਨਾਮਾ ਕੀਤਾ, ਜਿੱਥੇ ਉਸਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਆਪਣੀ ਸਾਲੀ ਦੇ ਨਾਲ ਰਹਿ ਰਿਹਾ ਸੀ। ਉਸਨੇ ਜਦੋਂ ਉਸਨੂੰ ਵਿਆਹ ਲਈ ਕਿਹਾ ਤਾਂ ਉਸਨੇ ਮਨਾ ਕਰ ਦਿੱਤਾ, ਜਿਸ ਤੋਂ ਬਾਅਦ ਉਸਨੂੰ ਗੁੱਸਾ ਆ ਗਿਆ ਤੇ ਉਸਨੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸ ਦਈਏ ਕਿ ਪੂਰਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਸੀ, ਜਿੱਥੇ ਪਿੰਡ ਹਿੰਮਤਪੁਰ ਦੇ ਵਿੱਚ ਆਪਣੀ ਸਾਲੀ ਦੇ ਨਾਲ ਪਿਆਰ ਦੇ ਵਿੱਚ ਇਹ ਜੀਜਾ ਸੀ। ਜਦੋਂ ਸਾਲੀ ਨੇ ਵਿਆਹ ਤੋਂ ਮਨਾ ਕਰ ਦਿੱਤਾ ਤਾਂ ਗੁੱਸੇ ਦੇ ਵਿੱਚ ਇਸ ਜੀਜੇ ਨੇ ਗਲਾ ਘੋਟ ਕੇ ਸਾਲੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤੇ ਇਸੇ ਦੌਰਾਨ ਜਦੋਂ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਤੇ ਪੇਸ਼ੀ ਲਈ ਕੋਰਟ ਲੈ ਕੇ ਪਹੁੰਚੀ ਤਾਂ ਇਸ ਦੇ ਵੱਲੋਂ ਆਪਣੇ ਜੁਰਮ ਦਾ ਕਬੂਲਨਾਮਾ ਕੀਤਾ ਗਿਆ। ਹੋਰ ਕੀ ਕੁਝ ਇਸ ਸ਼ਖਸ ਦੇ ਵੱਲੋਂ ਕਿਹਾ ਗਿਆ ਤੁਸੀਂ ਵੀ ਸੁਣੋ। ਹਾਂਜੀ, ਤੁਹਾਨੂੰ ਪਛਤਾਵਾ ਹੈਗਾ ਦੇ ਕੀਤੇ ਦਾ? ਇਹ ਪਿੰਡ ਹਰਦੀਪ ਸਿੰਘ ਹੈ ਜੀ, ਪਿੰਡ ਹਿੰਮਤਪੁਰਾ। ਇਹਨਾਂ ਨੇ ਆਪਣੀ ਸਾਲੀ ਦਾ ਜਿਹੜਾ ਗਲ ਘੁੱਟ ਕੇ ਉਹਨਾਂ ਦੀ ਡੈਥ ਕਰਤੀ ਅਤੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ। ਇਹਨਾਂ ਨੇ ਇੱਕ ਦਿਨ ਦਾ ਇਹਦਾ ਪੁਲਿਸ ਰਿਮਾਂਡ ਦਿੱਤਾ ਜੀ। ਇਹ ਸਰ ਕਾਰਨ ਹੀ ਪਤਾ ਲੱਗਿਆ ਵੀ ਕਿਉਂ ਹੋਇਆ? ਕਾਰਨ ਹਾਲੇ ਤਫਤੀਸ਼ ਚੱਲ ਰਹੀ ਹੈ ਸਰ। ਠੀਕ ਹੈ, ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ? ਇੱਕ ਦਿਨ ਦਾ ਜੀ।